ਨਵਾਂ ਕੈਲੰਡਰ ਰਿਲੀਜ਼ ਹੋਇਆ, ਕੱਲ੍ਹ 1 ਚੇਤ ਨੂੰ ਨਵਾਂ ਸਾਲ ਦੀ ਆਰੰਭਤਾ ਹੋ ਰਹੀ ਹੈ। ਮੈਂ ਇਸ ਨਵੇਂ ਸਾਲ ਦੀਆਂ ਸਮੂਹ ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ, ਔਰ ਨਾਲ ਹੀ ਮੈਂ ਬੇਨਤੀ ਕਰਦਾ ਕਿ ਜੋ ਇਸ ਵਕਤ ਵਿਸ਼ਵ ਦੇ ਵਿੱਚ ਮਹਾਂਮਾਰੀ ਜਿਹੜੀ ਆ ਉਹ ਫੈਲ ਰਹੀ ਹੈ ਜਾਂ ਫੈਲ ਚੁੱਕੀ ਹੈ, ਇਹਦੇ ਲਈ ਅਸੀਂ ਸਾਰੇ ਜਿੱਥੇ ਸਾਵਧਾਨੀਆਂ ਵਰਤੀਏ ਉੱਥੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਮੁੱਚੀ ਮਾਨਵਤਾ ਨੂੰ ਇਸ ਮਹਾਂਮਾਰੀ ਤੋਂ ਬਚਾਵੇ। ਸੰਗਤਾਂ ਨੂੰ ਇਹੋ ਅਪੀਲ ਹੈ ਕਿ ਸਾਵਧਾਨੀਆਂ ਵਰਤੋ ਅਤੇ ਅਕਾਲ ਪੁਰਖ ਅੱਗੇ ਬੇਨਤੀ ਕਰੋ।